ਪਾਲੇ ਸਿਰਜਣਾ ਇੱਕ ਸੰਗਠਨ ਹੈ ਜੋ ਕਿ ਟਿਕਾਊਤਾ ਅਤੇ ਬਰਾਬਰੀ ਦੇ ਟੀਚਿਆਂ ਨਾਲ ਪੇਂਡੂ ਕਾਢਾਂ ਲਈ ਇੱਕ ਗੜ੍ਹ ਬਣ ਕੇ ਖੜੀ ਹੈ। ਇਹ ਸੰਗਠਨ ਗਾਂਧੀ ਜੀ ਦੀ ਪ੍ਰੇਰਣਾ ਨਾਲ ਚਲਾਇਆ ਜਾ ਰਿਹਾ। ਪੋਗੁਲਾ ਗਣੇਸ਼ਮ ਇੱਕ ਰਿਟਾਇਰਡ ਬ੍ਰਿਗੇਡੀਅਰ ਨੇ ਜਿਨ੍ਹਾਂ ਨੇ ਇਸ ਸੰਸਥਾ ਦੀ ਸਥਾਪਨਾ ਦਿਹਾਤੀ ਭਾਰਤ ਨੂੰ ਆਰਥਿਕ ਤੌਰ 'ਤੇ ਸਥਿਰ ਬਣਾਉਣ ਦੀ ਸੇਵਾ ਕਰਨ ਦੇ ਇਰਾਦੇ ਨਾਲ ਸ਼ੁਰੂ ਕੀਤੀ ਸੀ। ਕਿਸਾਨਾਂ ਨੂੰ ਖੇਤੀਬਾੜੀ ਸੰਕਟ ਤੋਂ ਬਚਾਉਣ ਲਈ ਖੇਤੀਬਾੜੀ ਅਤੇ ਇਸ ਨਾਲ ਜੁੜੇ ਖੇਤਰਾਂ ਵਿੱਚ ਨਿਵੇਸ਼ ਦੀ ਲਾਗਤ ਘੱਟ ਕੀਤੀ ਜਾਣੀ ਚਾਹੀਦੀ ਹੈ। ਇਸ ਪ੍ਰਾਪਤੀ ਲਈ ਉਸਦੀ ਇੱਛਾ ਹੈ ਕਿ ਉਹ ਟੈਕਨੋਲੋਜੀ, ਆਧੁਨਿਕ ਮਸ਼ੀਨਰੀ ਅਤੇ ਸੰਦਾਂ ਨੂੰ ਕਿਸਾਨੀ ਭਾਈਚਾਰੇ ਦੇ ਨੇੜੇ ਲਿਆਵੇ। ਇਸ ਲਈ ਉਹ ਹਰ ਤਰ੍ਹਾਂ ਦੇ ਕਾਰੀਗਰਾਂ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮਿਲਣ ਲਈ ਦੂਰ ਦੂਰ ਤੱਕ ਯਾਤਰਾ ਕਰ ਚੁੱਕੇ ਨੇ। ਗਣੇਸ਼ਮ ਬਹੁਤ ਸਾਰੀਆਂ ਪੇਂਡੂ ਕਾਢਾਂ ਨੂੰ ਪਾਲੇ ਸਿਰਜਣਾ ਪਲੇਟਫਾਰਮ ਰਾਹੀਂ ਲੋਕਾਂ ਵਿੱਚ ਲੈ ਕੇ ਆਏ। పాలసీ ద్వారా ప్రభుత్వం ఏ సౌకర్యాలు పెట్టినా కానీ, ఫండింగ్ కానీ, మెంటరింగ్ సపోర్ట్ కానీ, ఇంక్యుబేషన్ కానీ, ఏ సపోర్ట్ సహాయం చేద్దామన్నా కానీ, గుర్తింపులు కానీ, గ్రాస్ రూట్ ఇన్నోవేటర్స్కి వేరే కేటగిరీ పెడితే వాళ్ళకి న్యాయం అవుతుంది, అంతేకాకుండా వాళ్ళ భాషలో పెట్టాలి। 15 సంవత్సరాల్లో 2000 పేండూ కాడాను ఇస్ ప్లాట్ఫామ్ రాహి ప్రకాష్ విచ ల్యాందా గయా। 5000 తో వద్ద వాలంటీర్లు నే సంగఠన పాలే సృజనా నాల్ హత్ మిలాయే। ఇన్న వాలంటీర్లు ది సహాయత నాల్ లగ్భగ్ 200 కాడాను ਅਮਲ ਵਿੱਚ ਲਿਆਂਦਾ ਗਿਆ, ਜਿਨ੍ਹਾਂ ਵਿੱਚੋਂ 25 ਨੂੰ ਪੇਟੈਂਟ ਅਧਿਕਾਰ ਦਿੱਤੇ ਗਏ ਨੇ। ਇਹਨਾਂ ਵਿੱਚੋਂ ਕੁਝ ਕਾਢਾਂ ਨੇ ਰਾਜ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪੁਰਸਕਾਰ ਅਤੇ ਪ੍ਰਸ਼ੰਸਾ ਵੀ ਪ੍ਰਾਪਤ ਕੀਤੀ ਹੈ। ਮਹੀਪਾਲ ਕਲਟੀਵੇਟਰ ਜੋ ਸਕੂਟਰ ਇੰਜਨ ਦੀ ਸਹਾਇਤਾ ਨਾਲ ਚੱਲਣ ਵਾਲੇ 2 ਫੁੱਟ ਬੂਟੀ ਵਾਲੇ ਉਪਕਰਨ, ਬਹੁ ਉਦੇਸ਼ ਵਾਲਾ ਬੀਜ ਗੋਰੂ, ਬੂਮ ਸਪਰੇਅਰ, ਜੰਗਲੀ ਸੂਰ ਖਿੰਡਾਉਣ ਵਾਲਾ ਅਲਾਰਮ, ਤੇਜ਼ ਬੂਟਾ, ਜਾਨਵਰਾਂ ਦੀ ਖਾਦ ਤੋਂ ਤਿਆਰ ਬਰਤਨ, ਲੌਗਸ, ਕੀੜੇ ਮਕੌੜੇ ਦੇ ਖਾਤਮੇ ਲਈ ਜੜ੍ਹ ਦੀ ਦਵਾਈ, ਸਾਈਕਲ ਦਾ ਹੱਲ, ਨਾਰੀਅਲ ਦੇ ਦਰਖਤਾਂ 'ਤੇ ਚੜ੍ਹਨ ਲਈ ਵਰਤੇ ਜਾਂਦੇ ਔਜ਼ਾਰ, ਰੂਮ ਏਅਰ ਕਲੀਨਰ, ਜੰਬੋ ਕੂਲਰ, ਗਊ ਦੁੱਧ ਵਾਲੀ ਮਸ਼ੀਨ, ਇਲੈਕਟ੍ਰੋਨਿਕ ਵਾਟਰ ਕੂਲਰ, ਗੈਰ ਪ੍ਰਬੰਧ ਯੋਗ ਮੋਟਰਸਾਈਕਲ ਟਿਊਬ ਆਦਿ ਜਿਹੇ ਉਪਕਰਨ ਪਾਲੇ ਸਿਰਜਣਾ ਪਲੇਟਫਾਰਮ ਦੀ ਸਹਾਇਤਾ ਨਾਲ ਪ੍ਰਕਾਸ਼ ਕੀਤੇ ਗਏ ਨੇ। ਇੰਨੀ ਇਨੋਵੇਸ਼ਨ ਉਨ੍ਹਾਂ ਇਕੱਡਨੇ ਚੂਸਾਰ ਮੇਰੇ ਇਨੋਵੇਸ਼ਨ ਅਨ ਇਨੋਵੇਸ਼ਨ ਲੋ ਅਦਭੁਤਮైన ਲਾਭ ਹੁੰਦੀ, వాళ్ళకి లాభం ఉంది, సమాజానికి లాభం ఉంది, ప్రకృతి నష్టం తక్కువగా ఉంది। పాలే సృజనని అంతర్రాష్ట్రీయ పద్ధతి తే నామ కట్టన వాలి లక్ష్మీ అసు మెషిన్ ది డిజైనర్ చింతా కెండి మలేసం ది యాత్రా విచ ప్రముఖ భూమిక నిభాయి హై। ఇసే తరహ చింతలా వెంటా క్రేట్ ది సఫలతా ది కహానీ జో ఖేతి లై జైవిక టంగాం ది వర్తో కర్ది హై, జో అంగూర్, చౌల్ అతే కణక తే కామ కర్తా హై। ਸੰਗਠਨ ਨੇ ਵਾਨਾਰਮਈਆ ਦੀ ਸਫਲ ਯਾਤਰਾ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ, ਜੋ ਪਦਮ ਸ਼੍ਰੀ ਪੁਰਸਕਾਰ ਜੇਤੂ ਅਤੇ ਕੁਦਰਤੀ ਪ੍ਰੇਮੀ ਹੈ। ਗਣੇਸ਼ਮ ਨੇ ਅਜਿਹੇ ਪੇਂਡੂ ਸਿਤਾਰਿਆਂ ਦੀ ਰਚਨਾਤਮਕਤਾ ਅਤੇ ਨਵੀਨਤਾਪੂਰਨ ਗਿਆਨ ਦੀ ਪਛਾਣ ਕੀਤੀ ਸੀ ਅਤੇ ਕੇਂਦਰ ਨੂੰ ਆਪਣੀ ਨਵੀਨਤਾਵਾਂ ਲਈ ਪੇਟੈਂਟ ਅਧਿਕਾਰ ਲਈ ਅਰਜ਼ੀ ਦਿੱਤੀ ਸੀ, ਜਿਸ ਨਾਲ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧਿਆਨ ਵਿੱਚ ਲਿਆਂਦੇ ਗਏ ਸੀ। ఈ స్కౌట్ అయిన వాటిని మనం వాళ్ళకి పేటెంట్లు కానీ ఇప్పించి మార్కెట్లో పెట్టే సహాయం కూడా చేయాలి, ఫండింగ్ సహాయము, మెంటరింగ్ సహాయము, ఆ తర్వాత వాళ్ళకి మార్కెటింగ్ సహాయాలు కూడా మనం చేస్తే వాళ్ళు ఈ విధంగా ఒక మన దేశంలో ఉన్న జ్ఞానం విస్తృతమై అద్భుతమైన లాభాలు దేశానికి వస్తుంది, తక్కువ ఖర్చు అభివృద్ధి చెందగలమని మా విశ్వాసం। గ్రాస్ రూట్స్ ఇన్నోవేషన్ ఇక పాలే సృజనా వల్ల ప్రకాశిత్ ఇక 2 మహీనావార్ రసాలా। ਹੁਣ ਤੱਕ ਗਣੇਸ਼ਮ ਨੇ 2 ਤੇਲਗੂ ਰਾਜਾਂ ਵਿੱਚ ਲਗਭਗ 35 ਚਿੰਨਾ ਸ਼ੋਧਾਂ ਯਾਤਰਾਵਾਂ ਕਰਵਾਈਆਂ, ਜਿਸ ਵਿੱਚ ਉਹ ਪੇਂਡੂ ਦੇਸ਼ ਪੱਖ ਨਵੀਆਂ ਕਾਢਾਂ ਅਤੇ ਸਿਰਜਣਾਤਮਕ ਮਨਾਂ ਦੀ ਭਾਲ ਕਰਦੇ ਨੇ। ਉਹਨਾਂ ਤਕਰੀਬਨ 35,000 ਕਿਸਾਨਾਂ ਨਾਲ ਗੱਲਬਾਤ ਕੀਤੀ, ਰਵਾਇਤੀ ਢੰਗਾਂ ਜਿਹੜੀਆਂ ਅਸਪਸ਼ਟਤਾ ਵਿੱਚ ਪੈ ਗਈਆਂ ਨੇ, ਪੇਂਡੂ ਖੰਜਕਾਰਾਂ ਦੀ ਪਛਾਣ ਕੀਤੀ ਗਈ। ਇਸ ਪਲੇਟਫਾਰਮ ਰਾਹੀਂ ਪੇਸ਼ ਕੀਤੀਆਂ ਗਈਆਂ ਕਾਢਾਂ ਦਾ ਲਾਭ ਲੈ ਕੇ 5 ਲੱਖ ਤੋਂ ਵੱਧ ਕਿਸਾਨ ਅਤੇ ਉਹਨਾਂ ਦੇ ਪਰਿਵਾਰ ਕਾਸ਼ਤ ਵਿੱਚ ਚੰਗੇ ਨਤੀਜੇ ਪ੍ਰਾਪਤ ਕਰ ਰਹੇ ਨੇ। ETV ਭਾਰਤ ਦੀ ਰਿਪੋਰਟ। To watch 24/7 News Live, download ETV Bharat app.